ਗੁਰਦਾਸਪੁਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਜਿਹੜੇ DSP ਦੀਨਾਨਗਰ ਹੈਗੇ ਉਹਨਾਂ ਦੀ ਅਗਵਾਈ ਹੇਠ ਇੱਕ ਨਾਕਾਬੰਦੀ ਕੀਤੀ ਗਈ ਸੀ, ਜਿੱਥੇ ਨਾਕੇ 'ਤੇ 2 ਸ਼ੱਕੀ ਬੰਦੇ ਜਿਹੜੇ ਹੈ ਉਹਨਾਂ ਨੂੰ ਰੋਕਿਆ ਗਿਆ ਸੀ। ਉਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਗਈ ਸੀ ਤੇ ਉਹਨਾਂ ਦੇ ਕੋਲੋਂ ਕਰੀਬ 500 ਗ੍ਰਾਮ 20 ਮਿਲੀਗ੍ਰਾਮ ਜੋ ਹੈ ਹੈਰੋਇਨ ਰਿਕਵਰ ਹੋਈ ਹੈ, 520 ਗ੍ਰਾਮ ਸੋਰੀ ਹੈਰੋਇਨ ਰਿਕਵਰ ਹੋਈ ਹੈ ਅਤੇ 14,38,000 ਡਰੱਗ ਮਨੀ ਵੀ ਰਿਕਵਰ ਹੋਇਆ। ਇਹ 2 ਜਿਹੜੇ ਵਿਅਕਤੀ ਹੈਗੇ ਇਹਨਾਂ ਦਾ, ਇੱਕ ਦਾ ਨਾਮ ਹੈਗਾ ਪ੍ਰਗਟ ਸਿੰਘ ਉਰਫ ਪੱਗਾ ਜੋ ਕਿ ਤਰਨ ਤਾਰਨ ਦਾ ਰਹਿਣ ਵਾਲਾ ਹੈ, ਦੂਜਾ ਵਿਅਕਤੀ ਹੈਗਾ ਰਾਜਵੀਰ ਸਿੰਘ ਉਰਫ ਮੋਟਾ, ਇਹ ਵੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਹ ਦੋਨੋਂ ਜੰਮੂ ਕਸ਼ਮੀਰ ਤੋਂ ਵਾਪਸ ਆ ਰਹੇ ਸੀ। ਇਹਨਾਂ ਨੇ ਪਠਾਨਕੋਟ ਵਿਖੇ ਕਿਸੇ ਤੀਜੇ ਬੰਦੇ ਨੂੰ ਹੈਰੋਇਨ ਜਿਹੜੀ ਹੈ ਉਹ ਵੇਚ ਕਰ ਅਤੇ ਉਹਦਾ ਡਰੱਗ ਮਨੀ ਆਪਣੇ ਨਾਲ ਲੈ ਕੇ ਵਾਪਸ ਆ ਰਹੇ ਸੀ। ਤਾਂ ਇਹਨਾਂ ਨੂੰ ਨਾਕੇ 'ਤੇ ਰੋਕਿਆ ਗਿਆ, ਇਹਨਾਂ ਦੀ ਪੁਲਿਸ ਰਿਮਾਂਡ ਹੁਣ ਲਈ ਜਾ ਰਹੀ ਹੈ ਅਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹਨਾਂ ਦੇ ਕੋਈ ਪੁਰਾਣੇ ਕੇਸ ਵੀ ਹੈ ਜਿਹੜਾ? ਇਹਨਾਂ ਦੇ ਅਗੇਂਸਟ ਪੁਰਾਣੇ ਕੇਸ ਹੈਗੇ, ਬਟ ਉਹ ਫਿਲਹਾਲ ਜੋ ਹੈ ਵੀ ਇਨਵੈਸਟੀਗੇਟ ਕਰਕੇ ਜਿਹੜੀ ਡਿਟੇਲਸ ਉਹ ਸ਼ੇਅਰ ਕਰਦੀ ਹੈ। ਕੀ ਲੱਗਦਾ ਸਰ, ਗੁਰਦਾਸਪੁਰ ਸ਼ਹਿਰ ਦੇ ਵੀ ਹੋਣਗੇ ਲੋਕ ਇਹਨਾਂ ਦੇ ਨਾਲ ਜਿਹੜੇ? ਇਹਨਾਂ ਦੇ ਨਾਲ ਜਿਹੜੇ ਪ੍ਰਿਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਹੈ ਉਹ ਇੱਕ ਜੰਮੂ ਕਸ਼ਮੀਰ ਦਾ ਵਿਅਕਤੀ ਹੈਗਾ ਜਗਤੂਤ ਉਰਫ ਜਗਤੂਨ ਗੁੱਜਰ, ਉਹ ਹੈਗਾ ਜੋ ਕਿ ਇਹਨਾਂ ਤੋਂ ਰੈਗੂਲਰ ਹੈਰੋਇਨ ਦੀ ਸਪਲਾਈ ਲੈਂਦਾ ਹੈ ਅੱਗੇ ਵੇਚਣ ਦੇ ਲਈ। ਅਤੇ ਇਹ ਜਿੱਥੋਂ ਲੇਕਰ ਆ ਰਹੇ ਹਾਂ ਉੱਥੇ ਵੀ ਇੱਕ ਵਿਅਕਤੀ ਹੈ ਰੋਹਿਤ ਨਾਮ ਦਾ ਜੋ ਤਰਨ ਤਾਰਨ ਤੋਂ ਇਹਨਾਂ ਨੂੰ ਸਪਲਾਈ ਕਰਦਾ ਹੈ ਔਰ ਅੱਗੇ ਵੇਚਣ ਦੇ ਲਈ ਸਪਲਾਈ ਕਰਦਾ, ਤਾਂ ਉਹਦੀ ਵੀ ਹੁਣ ਅਸੀਂ ਬਹਾਲ ਕਰ ਰਹੇ ਹਾਂ, ਉਹਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ। ਗੁਰਦਾਸਪੁਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਜਿਹੜੇ DSP ਦੀਨਾਨਗਰ ਹੈਗੇ ਉਹਨਾਂ ਦੀ ਅਗਵਾਈ ਹੇਠ ਇੱਕ ਨਾਕਾਬੰਦੀ ਕੀਤੀ ਗਈ ਸੀ, ਜਿੱਥੇ ਨਾਕੇ 'ਤੇ 2 ਸ਼ੱਕੀ ਬੰਦੇ ਜਿਹੜੇ ਹੈ ਉਹਨਾਂ ਨੂੰ ਰੋਕਿਆ ਗਿਆ ਸੀ। ਉਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਗਈ ਸੀ ਤੇ ਉਹਨਾਂ ਦੇ ਕੋਲੋਂ ਕਰੀਬ 500 ਗ੍ਰਾਮ 20 ਮਿਲੀਗ੍ਰਾਮ ਜੋ ਹੈ ਹੈਰੋਇਨ ਰਿਕਵਰ ਹੋਈ ਹੈ, 520 ਗ੍ਰਾਮ ਸੋਰੀ ਹੈਰੋਇਨ ਰਿਕਵਰ ਹੋਈ ਹੈ ਅਤੇ 14,38,000 ਡਰੱਗ ਮਨੀ ਵੀ ਰਿਕਵਰ ਹੋਇਆ। ਇਹ 2 ਜਿਹੜੇ ਵਿਅਕਤੀ ਹੈਗੇ ਇਹਨਾਂ ਦਾ, ਇੱਕ ਦਾ ਨਾਮ ਹੈਗਾ ਪ੍ਰਗਟ ਸਿੰਘ ਉਰਫ ਪੱਗਾ ਜੋ ਕਿ ਤਰਨ ਤਾਰਨ ਦਾ ਰਹਿਣ ਵਾਲਾ ਹੈ, ਦੂਜਾ ਵਿਅਕਤੀ ਹੈਗਾ ਰਾਜਵੀਰ ਸਿੰਘ ਉਰਫ ਮੋਟਾ, ਇਹ ਵੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਹ ਦੋਨੋਂ ਜੰਮੂ ਕਸ਼ਮੀਰ ਤੋਂ ਵਾਪਸ ਆ ਰਹੇ ਸੀ। ਇਹਨਾਂ ਨੇ ਪਠਾਨਕੋਟ ਵਿਖੇ ਕਿਸੇ ਤੀਜੇ ਬੰਦੇ ਨੂੰ ਹੈਰੋਇਨ ਜਿਹੜੀ ਹੈ ਉਹ ਵੇਚ ਕਰ ਅਤੇ ਉਹਦਾ ਡਰੱਗ ਮਨੀ ਆਪਣੇ ਨਾਲ ਲੈ ਕੇ ਵਾਪਸ ਆ ਰਹੇ ਸੀ। ਤਾਂ ਇਹਨਾਂ ਨੂੰ ਨਾਕੇ 'ਤੇ ਰੋਕਿਆ ਗਿਆ, ਇਹਨਾਂ ਦੀ ਪੁਲਿਸ ਰਿਮਾਂਡ ਹੁਣ ਲਈ ਜਾ ਰਹੀ ਹੈ ਅਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹਨਾਂ ਦੇ ਕੋਈ ਪੁਰਾਣੇ ਕੇਸ ਵੀ ਹੈ ਜਿਹੜਾ? ਇਹਨਾਂ ਦੇ ਅਗੇਂਸਟ ਪੁਰਾਣੇ ਕੇਸ ਹੈਗੇ, ਬਟ ਉਹ ਫਿਲਹਾਲ ਜੋ ਹੈ ਵੀ ਇਨਵੈਸਟੀਗੇਟ ਕਰਕੇ ਜਿਹੜੀ ਡਿਟੇਲਸ ਉਹ ਸ਼ੇਅਰ ਕਰਦੀ ਹੈ। ਕੀ ਲੱਗਦਾ ਸਰ, ਗੁਰਦਾਸਪੁਰ ਸ਼ਹਿਰ ਦੇ ਵੀ ਹੋਣਗੇ ਲੋਕ ਇਹਨਾਂ ਦੇ ਨਾਲ ਜਿਹੜੇ? ਇਹਨਾਂ ਦੇ ਨਾਲ ਜਿਹੜੇ ਪ੍ਰਿਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਹੈ ਉਹ ਇੱਕ ਜੰਮੂ ਕਸ਼ਮੀਰ ਦਾ ਵਿਅਕਤੀ ਹੈਗਾ ਜਗਤੂਤ ਉਰਫ ਜਗਤੂਨ ਗੁੱਜਰ, ਉਹ ਹੈਗਾ ਜੋ ਕਿ ਇਹਨਾਂ ਤੋਂ ਰੈਗੂਲਰ ਹੈਰੋਇਨ ਦੀ ਸਪਲਾਈ ਲੈਂਦਾ ਹੈ ਅੱਗੇ ਵੇਚਣ ਦੇ ਲਈ। ਅਤੇ ਇਹ ਜਿੱਥੋਂ ਲੇਕਰ ਆ ਰਹੇ ਹਾਂ ਉੱਥੇ ਵੀ ਇੱਕ ਵਿਅਕਤੀ ਹੈ ਰੋਹਿਤ ਨਾਮ ਦਾ ਜੋ ਤਰਨ ਤਾਰਨ ਤੋਂ ਇਹਨਾਂ ਨੂੰ ਸਪਲਾਈ ਕਰਦਾ ਹੈ ਔਰ ਅੱਗੇ ਵੇਚਣ ਦੇ ਲਈ ਸਪਲਾਈ ਕਰਦਾ, ਤਾਂ ਉਹਦੀ ਵੀ ਹੁਣ ਅਸੀਂ ਬਹਾਲ ਕਰ ਰਹੇ ਹਾਂ, ਉਹਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ।